ਇੱਕ ਪਾਸੇ ਜਿੱਥੇ ਪੂਰਾ ਭਾਰਤ ਅੱਜ ਅਯੋਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਖਾਲਿਸਤਾਨੀ ਸਮਰਥਕ ਗੁਰਵੰਤ ਪੰਥ ਸਿੰਘ ਪੰਨੂ ਨੇ ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ ਦੇ ਖਿਲਾਫ ਧਮਕੀ ਦਿੱਤੀ ਹੈ। ਜੀ ਹਾਂ, ਉਹਨਾਂ ਨੇ ਕਿਹਾ ਹੈ ਕਿ ਮੰਦਿਰ ਨੂੰ ਤਾਲੇ ਲਗਾ ਦਿੱਤੇ ਜਾਣਗੇ ਅਤੇ ਇਸ ਤੋਂ ਬਾਅਦ ਸ਼੍ਰੀ ਦੁਰਗਿਆਣਾ ਤੀਰਥ ਦੇ ਬੁਲਾਰੇ ਉਹਨਾਂ ਖਿਲਾਫ ਭੜਕੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਕਿਹਾ ਕਿ ਅਯੋਧਿਆ ਦੇ ਵਿੱਚ ਇੰਨੇ ਵੱਡੇ ਪੱਧਰ 'ਤੇ ਇਕੱਠ ਹੋ ਰਿਹਾ ਹੈ ਜੋ ਕਿ ਪੰਨੂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ, ਇਸ ਲਈ ਉਹ ਅਜਿਹਾ ਬਿਆਨ ਦੇ ਰਹੇ ਨੇ। ਉਹਨਾਂ ਕਿਹਾ ਕਿ ਜਿੱਥੇ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਉੱਥੇ ਅਜਿਹੇ ਸਮਾਜ ਵਿਰੋਧੀ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਉਹ ਮਾਹੌਲ ਨੂੰ ਖਰਾਬ ਨਾ ਕਰ ਸਕਣ। ਉਹਨਾਂ ਨੇ ਅੱਗੇ ਕੀ ਕਿਹਾ ਸੁਣੋ। ਖੁਸ਼ੀ ਦੇ ਮੌਕੇ ਤੇ ਇਹ ਗੱਲ ਬੰਦੀ ਨਹੀਂ ਸੀ, ਪਰ ਉਹ ਕਹਿੰਦੇ ਨਾ ਜਦੋਂ ਕੋਈ ਨਵੀਂ ਚੀਜ਼ ਹੋਵੇ ਨਾ ਤੇ ਇੱਕ ਅੱਧਾ ਨਜ਼ਰ ਵੱਟੂ ਵਿੱਚ ਆ ਜਾਂਦਾ। ਕੱਲ ਤੋਂ ਇਹ ਚੱਲ ਰਿਹਾ ਸੀ, ਪਰ ਚਲੋ ਇਸ ਪੱਤਰਕਾਰਾਂ ਨੇ ਹੁਣ ਭੇਜਿਆ। ਸਾਡੀ ਹਿੰਦੁਸਤਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ, ਇੱਕ ਪੰਨੂ ਨਾਂ ਦਾ ਜੋ ਵਿਅਕਤੀ ਹੈ ਫੋਰਨ ਚ, ਜਿਹੜਾ ਅੱਗੇ ਪਿੱਛੇ ਵੀ ਗਾਏ ਵਗਾਏ ਹਿੰਦੂ ਧਰਮ ਦੇ ਪ੍ਰਤੀ ਬੜੇ ਅਪਸ਼ਬਦ ਬੋਲਦਾ, ਪਰ ਅੱਜ ਉਹਨੇ ਪੱਤਰਕਾਰਾਂ ਨੇ ਉਹ ਵੀਡੀਓ ਭੇਜੀ ਆ। ਉਹਨੇ ਕਿਹਾ ਵੀ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਤੀਰਥ ਬੰਦ ਕਰਕੇ ਚਾਬੀਆਂ ਗੁਰੂ ਰਾਮਦਾਸ ਜੀ ਨਗਰੀ ਉੱਥੇ ਦੇ ਦੇਣ, ਉਹਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਕਿ ਅਸੀਂ ਅਯੋਧਿਆ ਚ ਬੈਠੇ ਹਾਂ ਜਿੱਥੇ ਰਾਮ ਮੰਦਿਰ ਦੀ ਪ੍ਰਤਿਸ਼ਠਾ ਹੋਈ ਹੈ, ਜਿਹਦੇ ਨਾਲ ਤੂੰ ਮੇਲ ਕੇ ਇਹ ਗੱਲ ਕਹੀ ਹੈ ਕਿ ਮੰਦਿਰ ਬੰਦ ਕਰ ਦਿਓ। ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੇ ਬੰਦੇ ਜਿਹੜੇ ਖੁਸ਼ੀ ਦੇ ਟਾਈਮ ਤੇ ਚੰਗੇ ਟਾਈਮ ਤੇ ਇਹੋ ਜਿਹਾ ਵਾਤਾਵਰਨ ਖਰਾਬ ਕਰਨ ਦੀ ਖੁਸ਼ੀ, ਇਹਨਾਂ ਨੂੰ ਨੱਥ ਪਾਈ ਜਾਏ। ਨਹੀਂ ਤੇ ਕੱਲ ਨੂੰ ਇਹ ਪੂਰਾ ਸਮਾਜ, ਇਹ ਕਿੱਡੀ ਵੱਡੀ ਗੱਲ ਆ ਕਿ ਸਾਰੇ ਦੁਰਗਿਆਣੇ ਟੀਮ ਕਮੇਟੀ ਇੱਥੇ ਅਯੋਧਿਆ ਹੀ ਬਹਿ ਕੇ ਏਡਾ ਵੱਡਾ ਭਵਿਆ ਲੰਗਰ ਚਲਾ ਰਹੀ ਹੈ ਜਿਹੜਾ ਇੱਕ ਨੰਬਰ ਦੇ, ਜਿੱਥੇ ਸਾਰਾ ਸੰਤ ਸਮਾਜ ਬਹਿ ਕੇ ਖਾਣਾ ਖਾ ਰਿਹਾ, ਇਹਨੂੰ ਫੋਰਨ ਚ ਬੈਠੇ ਆ, ਤਕਲੀਫ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਜਿੰਨੀ ਜਲਦੀ ਹੁੰਦਾ ਇਹੋ ਜਿਹੇ ਬੇਵਕੂਫਾਂ ਦੇ ਨੱਥ ਪਾਈ ਜਾਏ। ਕਿਉਂ ਕਿ ਇਹੋ ਜਿਹੇ ਲੋਕ ਨਹੀਂ ਚਾਹੁੰਦੇ ਕਿ ਇਹੋ ਜਿਹਾ ਖੁਸ਼ੀ ਦਾ ਵਾਤਾਵਰਨ ਇੱਥੇ ਰਹੇ। ਇੱਕ ਵਾਰ ਫਿਰ ਤੋਂ ਜੈ ਸ਼੍ਰੀ ਰਾਮ, ਤੇ ਉਹਨੂੰ ਖਾਸ ਕਰਕੇ ਅਧਾਰਿਤ ਹੈ ਜਿਹੜਾ ਕਹਿੰਦੇ ਨਾ ਚਾਬੀਆਂ ਦੇ ਦਿਓ, ਉਹਨੂੰ ਕਹਿੰਦੇ ਤੇਰੇ ਵਰਗੇ ਬੜੇ ਆਏ ਆ, ਬਾਬਰ ਵਰਗਾ ਆਇਆ ਸੀ ਉਦੋਂ ਵੀ, ਅੱਜ ਵੇ ਮੋਦੀ ਨੇ ਕੀ ਹਾਲ ਕਰਤਾ, ਤੂੰ ਤੇ ਕਿਸੇ ਦੇ ਪੈਰਾਂ ਦੀ ਜੁੱਤੀ ਵਰਗਾ ਹੋਣੀ ਆ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।